ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਇਸ ਮਸ਼ਹੂਰ ਪੰਜਾਬੀ ਸ਼ਖਸੀਅਤ ਦੀ ਹੋਈ ਅਚਾਨਕ ਮੌਤ ਸ਼ਾਇੀ ਸੋਗ ਦੀ ਲਹਿਰ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਓ ਪੂਰੀ ਖਬਰ ਦਾ ਪਤਾ ਲੱਗ ਸਕੇ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪੰਜਾਬ ਦੇ ਕਈ ਮਸ਼ਹੂਰ ਚਿਹਰੇ ਇਨ੍ਹਾਂ 4 ਮਹੀਨਿਆਂ ਦੇ ਵਿੱਚ ਦੁਨੀਆ ਨੂੰ ਅਲਵਦਾ ਕਹਿ ਗਏ ਹਨ ਤੇ ਪੰਜਾਬ ਤੋਂ ਇੱਕ ਅਜਿਹੀ ਹਸਤੀ ਦੀ ਅਕਾਲ ਚਲਾਣਾ ਕਰ ਜਾਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੁਖਜਿੰਦਰ ਸਿੰਘ ਮਾਵੀ ਜੋ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਇੱਕ ਸਮਾਜ ਸੇਵੀ ਦੇ ਵਜੋਂ ਭੂਮਿਕਾ ਨਿਭਾ ਰਹੇ ਸਨ ਤੇ ਅੱਜ ਸਵੇਰ ਉਹਨਾਂ ਦਾ ਦਿਹਾਂਤ ਹੋ ਗਿਆ ਮਾਵੀ ਮੈਜਰ ਫੂਡ ਸਪਲਾਈ ਵਿਭਾਗ ਦੇ ਵੱਲੋਂ ਰਿਟਾਇਰ ਹੋਣ ਤੋਂ ਬਾਅਦ ਸੁਖਜਿੰਦਰ ਸਿੰਘ ਆਪਣੀਆਂ ਬੀਟੀਆਂ ਕੋਲ ਅਮਰੀਕਾ ਚਲੇ ਗਏ ਸਨ ਪਰ ਥੋੜੇ ਸਮੇਂ ਬਾਅਦ ਹੀ ਉਹਨਾਂ ਨੂੰ ਪੰਜਾਬ ਵਾਪਸ ਆਏ ਤੇ ਪੰਜਾਬ ਆ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਮਾਜ ਸੇਵਾ ਦੇ ਲਈ ਸਮਰਪਿਤ ਕਰ ਦਿੱਤਾ ਜਿਸ ਦੇ ਦੌਰਾਨ ਉਹਨਾਂ ਨੇ 3 ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਅੱਖਾਂ ਦੇ ਕੈਂਪ ਖੂਨਦਾਨ ਦੇ ਕੈਂਪ ਲਗਾ ਕੇ ਲੋਕਾਂ ਦੀ ਕਾਫੀ ਸਹਾਇਤਾ ਕੀਤੇ ਤੇ ਇਹਨੂੰ ਆਪਣੀ ਜ਼ਿੰਦਗੀ ਸਮਝ ਲਿਆ ਅਤੇ ਉਹਨਾਂ ਨੇ ਆਪਣੇ ਜੀਵਤ ਹੁੰਦੇ ਹੋਏ ਹੀ ਖੋਦਾ ਪੱਥਰ ਦਾ ਸਟੈਚੂ ਆਪਣੇ ਨਿਵਾਸ ਸਥਾਨ ਮੇਜਰ ਦਾ ਵਿਹੜਾ ਵਿੱਚ ਸਥਾਪਿਤ ਕਰਵਾਇਆ ਸੀ ਜੋ ਕਿ ਅੱਜ ਸੁਖਜੰਦਰ ਸਿੰਘ ਮਾਵੀ ਨੂੰ ਲੋਕਾਂ ਨੇ ਦਿਲਾਂ ਵਿੱਚ ਜੀਵਤ ਹੋਣ ਦੀ ਹਾਮੀ ਭਰਦਾ ਹੈ ਤਸਵੀਰ ਤੁਸੀਂ ਲਾਸਟ ਤੇ ਉਸ ਇਨਸਾਨ ਦੀ ਦੇਖ ਸਕਦੇ ਹੋ ਜੋ ਕਿ ਸਮਾਜ ਸੇਵੀ ਅੱਜ ਸਵੇਰੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ